FBNPC ਦੇ ਬਾਰੇ ਦੱਸੋ, ਫਿਊਚਰ ਬਿਲਡਿੰਗ ਨਰਸਿੰਗ ਪ੍ਰੈਪ ਸੈਂਟਰ ਆ ਤੁਹਾਡਾ ਸੈਂਟਰ, ਕੀ ਕਰਦਾ ਹੈ ਇਹਦੇ 'ਚ, ਕਿੱਦਾਂ ਕਿੱਦਾਂ ਦੀ ਆਪਰੇਸ਼ਨਸ ਇਹਦੇ 'ਚ ਇਨਵੋਲਵਡ ਹੈ? ਜਿੱਦਾਂ ਪੰਜਾਬ ਤੋਂ ਇੰਡੀਆ ਤੋਂ ਆ ਰਹੀਆਂ ਨੇ ਨਰਸਿਸ ਤੇ ਉਹਨਾਂ ਨੂੰ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਕਿੱਦਾਂ ਨਰਸ ਪੜ੍ਹਨਾ ਹੈ? ਤੁਸੀਂ ਨੇ ਪਹਿਲੀ ਵਾਰ ਨਰਸਿੰਗ ਦੀ ਫੀਲਡ, ਜਿੱਦਾਂ ਬੱਚੇ ਪਾਸ ਆਊਟ ਕਰਦੇ ਆਪਣੇ ਕਾਲਜ ਸਕੂਲ, ਉਹਦੇ ਬਾਅਦ ਸੋਚਦੇ ਇਸ ਲਾਈਨ 'ਚ ਜਾਣਾ ਹੈ, ਸੋ ਨਰਸਿੰਗ ਦਾ ਪ੍ਰੋਗਰਾਮ ਕਿੰਨਾ ਲੰਬਾ ਹੈ, ਕਿੰਨੇ ਸਾਲ ਲੱਗਦੇ ਆ ਇੱਕ ਨਰਸ ਨੂੰ ਤਿਆਰ ਹੋਣ 'ਚ? ਸਟਾਰਟਿੰਗ ਫਰੋਮ ਦੇਅਰ ਐਪਲੀਕੇਸ਼ਨ ਪ੍ਰੋਸੈਸ, ਕਿ ਤੁਸੀਂ ਐਪਲੀਕੇਸ਼ਨ ਕਿੱਦਾਂ ਸ਼ੁਰੂ ਕਰਨੀ ਹੈ, ਕਿਉਂਕਿ ਨਹੀਂ ਕਈ ਵਾਰੀ ਪਤਾ ਚੱਲਦਾ ਹੈ ਨਾ ਕਿ ਆਪਾਂ ਦੂਜੇ ਕੰਟਰੀ ਤੋਂ ਆਉਂਦੇ ਹਾਂ। ਠੀਕ ਹੈ, ਤਰਨ ਜੀ, ਜਿਹੜੀ ਕੈਨੇਡੀਅਨ ਰੈਗੂਲੇਟਰੀ ਬਾਡੀ ਹੈ, ਉਹ ਕੁਝ ਚੇਂਜਸ ਲਿਆਉਣ ਜਾ ਰਹੀ ਹੈ ਇਹਦੇ 'ਚ? ਜੋ ਸਾਨੂੰ ਕਈ ਵਾਰੀ ਬਹੁਤ ਸਾਰੀਆਂ, ਜਿੱਦਾਂ ਇੰਡੀਆ ਤੋਂ ਕਾਲਸ ਆਉਂਦੀਆਂ ਨੇ, ਲੋਕਾਂ ਦਾ ਇਹੀ ਮਿਸਕਨਸੈਪਸ਼ਨ ਹੁੰਦਾ ਹੈ ਕਿ ਜਿਹੜੇ ਆਲਰੇਡੀ ਉੱਥੋਂ ਨਰਸ ਬਣ ਚੁੱਕੇ ਹੁੰਦੇ ਆ, ਉਹਨਾਂ ਨੂੰ ਇਦਾਂ ਲੱਗਦਾ ਕਿ ਸਾਨੂੰ ਉਰੇ ਆ ਕੇ ਪੜ੍ਹਾਈ ਕਰਨੀ ਹੀ ਪੈਣੀ ਹੈ, ਸਾਨੂੰ 2 ਸਾਲ ਪੜ੍ਹਨਾ ਹੀ ਪੈਣਾ ਸੀ ਤਾਂ ਹੀ ਨਰਸ ਬਣਾਂਗੇ। ਜਿਹੜਾ MPX ਐਗਜ਼ਾਮ ਹੁੰਦਾ ਰਜਿਸਟਰਡ ਨਰਸ ਦਾ, ਉਹਦੇ 'ਚ ਵੀ ਕੁਝ ਚੇਂਜਸ ਆ ਰਹੀਆਂ? ਅਗਰ ਆ ਰਹੀਆਂ ਤਾਂ ਉਹ ਕਿਹੜੀਆਂ ਚੇਂਜਸ ਹਨ? ਕਾਫੀ ਲੋਕ ਇੰਗਲਿਸ਼ ਦੇ ਐਗਜ਼ਾਮ ਦੇ ਵਿੱਚ ਹੀ ਫਸੇ ਰਹਿੰਦੇ ਕਿ ਯਾਰ, ਮਤਲਬ ਜੇ ਸਾਡੀ ਇੰਗਲਿਸ਼ ਨਹੀਂ ਹੋਈ ਤੇ ਅਸੀਂ ਅੱਗੇ ਨਰਸ ਨਹੀਂ ਬਣ ਸਕਦੇ। ਤੁਹਾਨੂੰ ਕਦੀ ਵੀ ਫੋਨ ਕਰਕੇ ਤੁਹਾਨੂੰ ਇਹ ਨਹੀਂ ਕਿਹਾ ਜਾਏਗਾ ਕਿ ਪਹਿਲਾਂ ਤੁਸੀਂ ਸਾਨੂੰ $50 ਦਿਓ, $100 ਦਿਓ, $200 ਦਿਓ, ਅਸੀਂ ਤਾਂ ਤੁਹਾਡੇ ਨਾਲ ਗੱਲ ਕਰਾਂਗੇ। ਕੋਈ ਅਗਰ ਇੰਡੀਆ 'ਚ ਤੁਹਾਨੂੰ ਸੁਣ ਰਿਹਾ ਜਾਂ ਓਨਟੈਰੀਓ ਤੋਂ ਬਾਹਰ ਸੁਣ ਰਿਹਾ, ਉਹਨਾਂ ਲਈ ਵੀ ਸੇਮ ਹੀ ਇਨਫੋਰਮੇਸ਼ਨ ਹੈ ਕਿ ਉਹਨਾਂ ਦੇ ਪ੍ਰੋਵਿੰਸ ਜਾਂ ਇੰਡੀਆ ਲਈ ਕੋਈ ਡਿਫਰੈਂਟ ਹੈ? ਤੇ ਕਿੰਨਾ ਔਖਾ ਐਗਜ਼ਾਮ ਪਾਸ ਕਰਨਾ ਫੇਰ, ਕਿਉਂਕਿ ਜਿੱਦਾਂ ਤੁਸੀਂ ਕਿਹਾ ਹਊਆ ਬਣਾ ਲਿਆ, ਤੇ ਕਾਫੀ ਲੋਕਾਂ ਦੇ ਇਹ ਸਵਾਲ ਹੈ ਕਿ ਕਿੰਨਾ ਟਫ ਹੈ ਜਿਹੜਾ ਐਨਕਲੈਕਸ ਆ ਰਹਿੰਦਾ ਐਗਜ਼ਾਮ ਪਾਸ ਕਰਨਾ, ਔਰ ਤੁਸੀਂ ਕਿੱਦਾਂ ਉਹਨੂੰ ਸੌਖਾ ਬਣਾਉਂਦੇ ਹੋ? ਕੈਨੇਡਾ ਦੇ ਅੰਦਰ ਜਿੱਥੇ ਹਸਪੀਟਲਸ ਦੇ ਅੰਦਰ ਐਮਰਜੈਂਸੀ ਵੇਟ ਟਾਈਮ ਜ਼ਿਆਦਾ ਹੈ, ਉੱਥੇ ਹੀ ਸਰਕਾਰਾਂ ਵੀ ਇਸ ਚੀਜ਼ 'ਤੇ ਜ਼ੋਰ ਲਾ ਰਹੀਆਂ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਮੈਡੀਕਲ ਪ੍ਰੋਫੈਸ਼ਨ ਦੇ ਨਵੇਂ ਤਰੀਕਿਆਂ ਦੇ ਨਾਲ ਜਿਹੜੀ ਆਪਣੇ ਕਮਿਊਨਿਟੀ, ਆਪਣੇ ਕੈਨੇਡੀਅਨਸ ਔਰ ਆਪਣੇ ਰੈਜ਼ੀਡੈਂਟਸ ਨੂੰ ਹੈਲਪ ਕਰ ਸਕੀਏ, ਉਹਦੇ ਉੱਪਰ ਹੀ ਜਿੱਥੇ ਡਾਕਟਰਸ ਦੀ ਸ਼ਾਰਟੇਜ ਹੈ, ਉੱਥੇ ਹੀ ਮੈਡੀਕਲ ਸਟਾਫ, ਮੈਡੀਕਲ ਵਰਕਰਸ, ਨਰਸਿਸ, ਸਾਰਿਆਂ ਦੀ ਕੈਨੇਡਾ 'ਚ ਸ਼ਾਰਟੇਜ ਹੈ। ਇਹਦੇ ਉੱਪਰ ਬਹੁਤ ਅੱਛਾ ਉਪਰਾਲਾ ਕਰਕੇ ਜਿਹੜੇ ਪ੍ਰੈਪ ਸੈਂਟਰ ਹੈ ਨਰਸਿੰਗ ਦੇ, ਉਹ ਵੀ ਕੈਨੇਡਾ ਦੇ ਅੰਦਰ ਬਹੁਤ ਵੱਡੀ ਹੈਲਪ ਕਰ ਰਹੇ ਹੈ ਕਿ ਨਵੇਂ ਯੰਗਸਟਰਸ ਨਰਸਿੰਗ ਔਰ ਦੂਜੀ ਫੀਲਡ 'ਚ ਉਹਨਾਂ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਸਾਡੇ ਨਾਲ ਸਟੂਡੀਓ 'ਚ ਮੌਜੂਦ ਹੈ FBNPC ਦੇ, ਜਿਨ੍ਹਾਂ ਦਾ ਫਿਊਚਰ ਬਿਲਡਿੰਗ ਨਰਸਿੰਗ ਪ੍ਰੈਪ ਸੈਂਟਰ ਹੈ, ਤਰਨ ਕੌਰ ਸਾਡੇ ਨਾਲ ਮੌਜੂਦ ਹੈ। ਉਹਨਾਂ ਤੋਂ ਜਾਣਾਂਗੇ ਕਿ ਕਿਸ ਹਿਸਾਬ ਨਾਲ ਉਹ ਨਰਸਿਸ, ਫਿਊਚਰ ਨਰਸਿਸ ਤਿਆਰ ਕਰ ਰਹੇ ਹੈ। ਤਰਨ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਸਾਡੇ ਨਾਲ ਜੁਆਇਨ ਕਰਨ ਲਈ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਰੂੰਗੀ ਕਿ ਸਾਨੂੰ ਤੁਸੀਂ ਇਹ ਚਾਂਸ ਦਿੱਤਾ ਦੂਜੀ ਵਾਰੀ ਪ੍ਰਾਈਮ ਏਸ਼ੀਆ ਦੇ ਵਿਊਅਰਸ ਨਾਲ ਕਨੈਕਟ ਕਰਨ ਦਾ, ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੋਂ ਪਹਿਲੇ ਮੇਰਾ ਸਵਾਲ ਉਹੀ ਹੈ ਕਿ FBNPC ਦੇ ਬਾਰੇ ਦੱਸੋ, ਫਿਊਚਰ ਬਿਲਡਿੰਗ ਨਰਸਿੰਗ ਪ੍ਰੈਪ ਸੈਂਟਰ ਆ ਤੁਹਾਡਾ ਸੈਂਟਰ, ਕੀ ਕਰਦਾ ਹੈ ਇਹਦੇ 'ਚ, ਕਿੱਦਾਂ ਕਿੱਦਾਂ ਦੀ ਆਪਰੇਸ਼ਨਸ ਇਹਦੇ 'ਚ ਇਨਵੋਲਵਡ ਹੈ? ਹਾਂਜੀ ਬਿਲਕੁਲ, ਸੋ ਫਿਊਚਰ ਬਿਲਡਿੰਗ ਨਰਸਿੰਗ ਪ੍ਰੈਪ ਸੈਂਟਰ, ਇਹਨੂੰ ਅਸੀਂ FBNPC ਦੇ ਨਾਮ ਨਾਲ ਜਾਣਦੇ ਹਾਂ, ਇੱਕ ਇਹੋ ਜਿਹੀ ਔਰਗਨਾਈਜੇਸ਼ਨ ਹੈ ਜਿਹੜੀ ਗਲੋਬਲੀ ਇੰਟਰਨੈਸ਼ਨਲੀ ਐਜੂਕੇਟਿਡ ਨਰਸਿਸ ਦੀ ਹੈਲਪ ਕਰ ਰਹੀ ਹੈ। ਸੋ ਖਾਸ ਕਰਕੇ ਜਿੱਦਾਂ ਆਪਣੀਆਂ ਨਰਸਿਸ ਆਉਂਦੀਆਂ ਨੇ ਆਲ ਓਵਰ, ਯੂਨੋ ਆਪਾਂ ਹੁਣ ਪੰਜਾਬੀ ਦਾ ਚੈਨਲ ਹੈ ਤਾਂ ਆਪਾਂ ਪੰਜਾਬੀ 'ਚ ਹੀ ਗੱਲ ਕਰਾਂਗੇ ਕਿ ਮਤਲਬ ਜਿੱਦਾਂ ਪੰਜਾਬ ਤੋਂ ਇੰਡੀਆ ਤੋਂ ਆ ਰਹੀਆਂ ਨੇ ਨਰਸਿਸ ਤੇ ਉਹਨਾਂ ਨੂੰ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਕਿੱਦਾਂ ਨਰਸ ਬਣਨਾ ਹੈ, ਉਹ ਸਾਰੀ ਜਿਹੜੀ ਹੈਲਪ ਹੈ ਉਹ FBNPC ਉਹਨਾਂ ਦੀ ਕਰਦਾ ਹੈ। ਸਟਾਰਟਿੰਗ ਫਰੋਮ ਦੇਅਰ ਐਪਲੀਕੇਸ਼ਨ ਪ੍ਰੋਸੈਸ, ਕਿ ਤੁਸੀਂ ਐਪਲੀਕੇਸ਼ਨ ਕਿੱਦਾਂ ਸ਼ੁਰੂ ਕਰਨੀ ਹੈ, ਕਿਉਂਕਿ ਨਹੀਂ ਕਈ ਵਾਰੀ ਪਤਾ ਚੱਲਦਾ ਹੈ ਨਾ ਕਿ ਆਪਾਂ ਦੂਜੇ ਕੰਟਰੀ ਤੋਂ ਆਉਂਦੇ ਹਾਂ, ਉਹਨਾਂ ਦੇ ਜਦੋਂ ਐਲੀਜੀਬਿਲਟੀਆਂ ਲੈ ਕੇ ਦੇਣੀਆਂ, ਉਹਨਾਂ ਨੂੰ ਐਗਜ਼ਾਮ ਦੀ ਪ੍ਰੈਪਰੇਸ਼ਨ ਜਿਹੜੀ ਹੈ, ਕਿਉਂਕਿ ਜਿਹੜਾ ਐਗਜ਼ਾਮ ਹੈ ਉਹ ਬਹੁਤ ਡਿਫਰੈਂਟ ਹੈ, ਯੂ ਨੋ, ਜੋ ਜਿੱਦਾਂ ਆਪਾਂ ਇੰਡੀਆ 'ਚ ਪੜ੍ਹਾਈ ਕਰਦੇ ਹਾਂ ਉਹਦੇ ਨਾਲੋਂ ਕਾਫੀ ਵੱਖਰੀ ਪੜ੍ਹਾਈ ਹੈ। ਸੋ ਉਹ ਸਾਰੀ ਪ੍ਰੈਪਰੇਸ਼ਨ ਜਿਹੜੀ ਹੈ FBNPC ਕਰਾਉਂਦਾ ਹੈ। ਉਸ ਤੋਂ ਇਲਾਵਾ ਅਪਾਰਟ ਫਰੋਮ ਦੈਟ, ਜਦੋਂ ਉਹਨਾਂ ਨੇ ਜੋਬ ਲੈਣੀ ਹੁੰਦੀ ਹੈ, ਸੋ ਸਾਡੇ ਜਿਹੜੇ ਸਟੂਡੈਂਟਸ ਨੇ, ਵੀ ਹੈਲਪ ਦੈਮ ਈਵਨ ਵਿਦ ਅ ਜੋਬ। ਸੋ ਮੁੱਖ ਦੀ ਗੱਲ ਇਹ ਹੈ ਕਿ ਇਟਸ ਵਨ ਸਟਾਪ ਸ਼ਾਪ ਐਂਡ ਵੀ ਹੈਲਪ ਸਟੂਡੈਂਟਸ ਵਿਦ ਐਵਰੀਥਿੰਗ। ਤਰਨ ਜੀ, ਜਿਹੜੀ FBNPC ਹੈ, ਆ ਨੈਸ਼ਨਲ ਤੇ ਇੰਟਰਨੈਸ਼ਨਲ ਜਿਹੜੇ ਕੈਂਡੀਡੇਟਸ ਹੈ, ਜਿਹੜੇ ਨਰਸਿੰਗ ਲਾਈਨ 'ਚ ਆਉਣਾ ਚਾਹੁੰਦੇ ਹੈ, ਸਾਰਿਆਂ ਨੂੰ ਤਿਆਰ ਕਰਦਾ ਹੈ? ਕਿਉਂਕਿ ਜਾਂ ਕੈਨੇਡਾ 'ਚ ਬੈਠੇ ਜਿਹੜੇ ਕੈਂਡੀਡੇਟਸ ਹੈ ਉਹੀ ਤਿਆਰ ਹੁੰਦੇ ਕਿ ਇੰਟਰਨੈਸ਼ਨਲ ਕੋਈ ਦੁਬਈ ਕੋਈ, ਕਿਉਂਕਿ ਪੰਜਾਬੀ ਡਾਇਸਪੋਰਾ ਪੂਰੀ ਦੁਨੀਆ 'ਚ ਬੈਠਾ ਹੈ, ਕੋਈ ਵੀ ਕਮਿਊਨਿਟੀ ਦੇ ਅਲੱਗ ਵੀ ਦੁਨੀਆ 'ਚ ਆ ਪ੍ਰੋਗਰਾਮ ਦੇਖ ਰਹੇ ਹੋਣੇ ਹੈ, ਸੋ ਤੁਸੀਂ ਸਾਰਿਆਂ ਨੂੰ ਮਦਦ ਕਰਦੇ ਹੋ? ਹਾਂਜੀ ਬਿਲਕੁਲ, ਇਹ ਤੁਹਾਡਾ ਬਹੁਤ ਵਧੀਆ ਸਵਾਲ ਹੈ। ਸਾਡੇ ਕੋਲ ਕੈਨੇਡੀਅਨ ਸਟੂਡੈਂਟਸ ਤੇ ਹੈ ਹੀ ਹੈ ਜਿਹੜੇ, ਯੂ ਨੋ, ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਪਰ ਤੁਹਾਡੀ ਗੱਲ ਬਿਲਕੁਲ ਠੀਕ ਹੈ, ਜਿਹੜੀਆਂ ਨਰਸਿਸ ਨੇ ਆਪਣੀਆਂ, ਤੁਸੀਂ ਦੇਖੋਗੇ ਬਹੁਤ ਸਾਰੀਆਂ ਨਰਸਿਸ ਸਾਊਦੀ ਅਰੇਬੀਆ ਦੇ ਵਿੱਚ, ਦੁਬਈ ਦੇ ਵਿੱਚ ਜਿਹੜੇ ਨੇ ਉਹ ਕੰਮ ਕਰ ਰਹੇ ਨੇ। ਸੋ ਸਾਡੇ ਕੋਲ ਜਿਹੜੇ ਨਰਸਿੰਗ ਸਟੂਡੈਂਟਸ ਆਉਂਦੇ ਨੇ, ਦੇ ਆਰ ਕਾਇੰਡ ਆਫ, ਟਾਈਮ ਇਹ ਕਿਹਾ ਕਿ FBNPC ਇਜ਼ ਅ ਗਲੋਬਲ ਆਰਗਨਾਈਜੇਸ਼ਨ, ਸਾਰੀ ਥਾਂ ਤੋਂ ਆਉਂਦੇ ਨੇ, ਇੰਡੀਆ, ਪਾਕਿਸਤਾਨ ਹੋ ਗਿਆ, ਨੇਪਾਲ ਹੋ ਗਿਆ, ਦੁਬਈ, ਸਾਊਦੀ ਅਰੇਬੀਆ, ਜਿੱਥੇ ਵੀ ਉਹ ਬੈਠੇ ਨੇ, ਜੇ ਉਹਨਾਂ ਨੇ ਨਰਸ ਬਣਨਾ ਹੈ ਇਹਨਾਂ 3 ਕੰਟਰੀਆਂ ਦੇ ਵਿੱਚ, USA, ਕੈਨੇਡਾ ਤੇ ਅਮਰੀਕਾ, ਉਹ FBNPC ਦੀ ਮਦਦ ਲੈ ਸਕਦੇ ਆ। ਤਰਨ ਜੀ, ਕਿਸੇ ਨੇ ਪਹਿਲੀ ਵਾਰ ਨਰਸਿੰਗ ਦੀ ਫੀਲਡ, ਜਿੱਦਾਂ ਬੱਚੇ ਪਾਸ ਆਊਟ ਕਰਦੇ ਆਪਣੇ ਕਾਲਜ ਸਕੂਲ, ਉਹਦੇ ਬਾਅਦ ਸੋਚਦੇ ਇਸ ਲਾਈਨ 'ਚ ਜਾਣਾ, ਸੋ ਨਰਸਿੰਗ ਦਾ ਪ੍ਰੋਗਰਾਮ
ਇਹ ਵੀ ਤੁਹਾਡਾ ਸਵਾਲ ਬਹੁਤ ਵਧੀਆ ਹੈ, ਕਿਉਂਕਿ ਜੋ ਸਾਨੂੰ ਕਈ ਵਾਰੀ ਬਹੁਤ ਸਾਰੀਆਂ ਜਿੱਦਾਂ ਇੰਡੀਆ ਤੋਂ ਕਾਲਸ ਆਉਂਦੀਆਂ ਨੇ, ਲੋਕਾਂ ਦਾ ਇਹੀ ਮਿਸਕਨਸੈਪਸ਼ਨ ਹੁੰਦਾ ਹੈ ਕਿ ਜਿਹੜੇ ਆਲਰੇਡੀ ਉੱਥੋਂ ਨਰਸ ਬਣ ਚੁੱਕੇ ਹੁੰਦੇ ਆ ਉਹਨਾਂ ਨੂੰ ਇਦਾਂ ਲੱਗਦਾ ਕਿ ਸਾਨੂੰ ਉਰੇ ਆ ਕੇ ਪੜ੍ਹਾਈ ਕਰਨੀ ਹੀ ਪੈਣੀ ਹੈ, ਸਾਨੂੰ 2 ਸਾਲ ਪੜ੍ਹਨਾ ਹੀ ਪੈਣਾ ਸੀ ਤਾਂ ਹੀ ਨਰਸ ਬਣਾਂਗੇ, ਪਰ ਇਦਾਂ ਦਾ ਕੁਝ ਨਹੀਂ ਹੈ। ਜੇ ਤੁਸੀਂ ਇੰਡੀਆ ਦੇ ਵਿੱਚ ਆਲਰੇਡੀ ਨਰਸ ਹੋ, ਜਿਹਨੂੰ ਆਪਾਂ GNM ਨਰਸ ਕਹਿੰਦੇ ਆ ਜਾਂ BSc ਨਰਸ ਕਹਿੰਦੇ ਆ, ਤੇ ਤੁਹਾਨੂੰ ਤੁਹਾਡਾ ਪੇਪਰ ਵਰਕ ਡਾਇਰੈਕਟਲੀ ਹੋ ਸਕਦਾ ਹੈ। ਐਂਡ ਜੋ ਜਿੱਦਾਂ ਅਸੀਂ ਆਪਣੇ ਸਟੂਡੈਂਟਸ ਦੀ ਹੈਲਪ ਕਰਦੇ ਆ ਜਾਂ ਐਪਲੀਕੇਸ਼ਨ ਪ੍ਰੋਸੈਸ ਲਗਾਉਂਦੇ ਆ, 6 ਤੋਂ 8 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਐਗਜ਼ਾਮ ਦੀ ਐਲੀਜੀਬਿਲਿਟੀ ਮਿਲ ਸਕਦੀ ਹੈ। ਜੇ ਤੁਸੀਂ ਨਾਲ ਨਾਲ ਤਿਆਰੀ ਕਰ ਲਓ ਤੇ ਤੁਸੀਂ ਐਗਜ਼ਾਮ ਵੀ ਆਪਣਾ ਦੇ ਕੇ ਪਾਸ ਕਰ ਸਕਦੇ ਹੋ। ਸੋ ਥੋੜਾ ਅੱਜਕੱਲ ਵੈਸੇ ਵੀ ਪ੍ਰੋਸੈਸ ਟਾਈਮ ਥੋੜਾ ਉਹ ਘਟਾ ਰਹੇ ਨੇ ਕਿਉਂਕਿ ਨਰਸਾਂ ਦੀ ਬੜੀ ਸ਼ਾਰਟੇਜ ਚੱਲ ਰਹੀ ਹੈ ਕੈਨੇਡਾ ਦੇ ਵਿੱਚ। ਸੋ 6 ਤੋਂ 8 ਮਹੀਨੇ ਦਾ ਟਾਈਮ ਲੱਗਦਾ, ਪਰ ਜਿਹੜੇ ਸਟੂਡੈਂਟਸ ਸਾਨੂੰ ਇੰਡੀਆ ਤੋਂ ਬੈਠੇ ਸੁਣ ਰਹੇ ਨੇ, ਜਿਹੜੇ ਹਲੇ +1 +2 ਮੈਡੀਕਲ ਦੇ ਵਿੱਚ ਨੇ, ਉਹਨਾਂ ਲਈ ਆਪਸ਼ਨ ਇਹ ਹੈ ਕਿ ਜਾਂ ਤਾਂ ਤੁਸੀਂ ਇੰਡੀਆ ਤੋਂ ਹੀ ਨਰਸਿੰਗ ਕਰ ਲਓ, ਜਾਂ ਫਿਰ ਜੇ ਤੁਸੀਂ ਕੈਨੇਡਾ ਆ ਕੇ ਨਰਸਿੰਗ ਕਰਨੀ ਹੈ ਤਾਂ ਤੁਹਾਡੇ ਕੋਲ 2 ਚੁਆਇਸਸ ਨੇ, ਜਾਂ ਤੁਸੀਂ 2 ਸਾਲ ਦਾ ਡਿਪਲੋਮਾ ਪ੍ਰੋਗਰਾਮ ਕਰ ਸਕਦੇ ਹੋ, ਐਂਡ ਜਾਂ ਫਿਰ ਤੁਸੀਂ 4 ਸਾਲ ਦਾ BSc ਨਰਸਿੰਗ ਪ੍ਰੋਗਰਾਮ ਕਰ ਸਕਦੇ ਹੋ। ਸੋ ਇਹ 2 ਆਪਸ਼ਨਸ ਨੇ। ਸੋ ਤੁਸੀਂ ਇਹ ਜਿੰਨੇ ਵੀ ਡਿਪਲੋਮਾ ਜਾਂ ਨਰਸਿੰਗ ਦੇ ਪ੍ਰੋਗਰਾਮਸ ਹੈ ਇਹਦੇ ਲਈ ਤੁਸੀਂ ਤਿਆਰੀ ਕਰਾਉਂਦੇ ਹੋ, ਪ੍ਰਿਪਰੇਸ਼ਨ ਕਰਾਉਂਦੇ ਹੋ, ਕਰੈਕਟ? ਨਹੀਂ, ਡਿਪਲੋਮਾ ਵਾਸਤੇ ਤੇ BSc BSN ਵਾਸਤੇ ਨਹੀਂ, ਪਰ ਜਿਹੜਾ ਨਰਸਿੰਗ ਦਾ ਲਾਇਸੈਂਸ ਐਗਜ਼ਾਮ ਹੈ, ਕਿਉਂਕਿ ਜਦੋਂ ਉਹਦੇ ਜਿੰਨੇ ਵੀ ਪ੍ਰੋਫੈਸ਼ਨਸ ਨੇ ਜਿਹਨੂੰ ਸਕਿਲਡ ਪ੍ਰੋਫੈਸ਼ਨਸ ਆਪਾਂ ਕਹਿੰਦੇ ਹਾਂ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ, ਦੇ ਆਰ ਆਲ ਕਾਈਂਡ ਆਫ ਰੈਗੂਲੇਟਰੀ ਪ੍ਰੋਫੈਸ਼ਨਸ, ਉਹਦੇ ਵਿੱਚ ਤੁਹਾਨੂੰ ਲਾਇਸੈਂਸ ਪਾਸ ਕਰਨਾ ਹੀ ਪੈਂਦਾ। ਬਿਨਾਂ ਲਾਇਸੈਂਸ ਪਾਸ ਕੀਤੇ ਤੁਸੀਂ ਜਿਹੜਾ ਹੈਗਾ ਪ੍ਰੋਫੈਸ਼ਨ ਦੇ ਵਿੱਚ ਕੰਮ ਨਹੀਂ ਕਰ ਸਕਦੇ। ਸੋ ਜਦੋਂ ਜਿੱਦਾਂ ਮੰਨ ਲਓ ਹੁਣ ਕੋਈ ਇੰਡੀਆ ਤੋਂ ਨਰਸ ਆਈ ਹੈ, ਉਹਨੂੰ ਪਹਿਲਾਂ ਆਪਣਾ ਸਾਰਾ ਪੇਪਰ ਵਰਕ ਕਰਾਉਣਾ ਪਏਗਾ। ਪੇਪਰ ਵਰਕ ਕਰਾਉਣ ਤੋਂ ਬਾਅਦ ਜੇ ਤੁਸੀਂ RPN ਬਣਨਾ ਹੈ ਤਾਂ ਤੁਹਾਨੂੰ RexPN ਦਾ ਐਗਜ਼ਾਮ ਦੇਣਾ ਪੈਂਦਾ, ਜਿਹਨੂੰ ਆਪਾਂ ਨੈਸ਼ਨਲ ਲਾਇਸੈਂਸ ਐਗਜ਼ਾਮ ਕਹਿੰਦੇ ਆ ਨਾ, ਤੇ ਜੇ ਤੁਸੀਂ RN ਬਣਨਾ ਹੈ ਤਾਂ ਤੁਹਾਨੂੰ NCLEX RN ਦਾ ਐਗਜ਼ਾਮ ਜਿਹੜਾ ਦੇਣਾ ਪੈਂਦਾ। ਸੋ ਅਸੀਂ ਇਹ ਵਾਲੇ ਐਗਜ਼ਾਮਸ ਦੀ ਜਿਹੜੀ ਹੈ ਤਿਆਰੀ ਕਰਾਉਂਦੇ ਆ, ਪਲੱਸ ਅਸੀਂ ਇੰਗਲਿਸ਼ ਪ੍ਰੋਫੀਸ਼ੀਐਂਸੀ ਵੀ ਸੈਲਬਨ ਜਿਹਨੂੰ ਕਹਿੰਦੇ ਆ ਐਗਜ਼ਾਮ, ਉਹਦੀ ਵੀ ਅਸੀਂ ਤਿਆਰੀ ਕਰਾਉਂਦੇ ਆ। ਸੋ ਇਹ 3 ਮੇਨ ਐਗਜ਼ਾਮਸ ਨੇ ਜਿਹਦੇ ਨਾਲ ਅਸੀਂ ਸਟੂਡੈਂਟਸ ਦੀ ਹੈਲਪ ਕਰਦੇ ਆ। ਠੀਕ ਹੈ। ਤਰਨ ਜੀ, ਜਿਹੜੀ ਕੈਨੇਡੀਅਨ ਰੈਗੂਲੇਟਰੀ ਬਾਡੀ ਹੈ ਉਹ ਕੁਝ ਚੇਂਜਸ ਲਿਆਉਣ ਜਾ ਰਹੀ ਹੈ ਇਹਦੇ ਵਿੱਚ? ਹਾਂਜੀ ਬਿਲਕੁਲ। ਤੁਸੀਂ ਹੁਣ ਜਿੱਦਾਂ ਪਹਿਲੇ ਹੀ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਨਰਸਿੰਗ ਦੀ ਜਾਂ ਡਾਕਟਰਸ ਦੀ ਬੜੀ ਜ਼ਿਆਦਾ ਘਾਟ ਜਾਂ ਸ਼ਾਰਟੇਜ ਚੱਲ ਰਹੀ ਹੈ, ਸੋ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਪ੍ਰੋਵਿੰਸ ਨੇ ਕੁਛ ਨਾ ਕੁਛ ਜਿਹੜਾ ਹੈ ਉਹ ਚੇਂਜਸ ਲੈ ਕੇ ਆਏ ਆ, ਕਿਉਂਕਿ ਆਪਣੇ ਕੋਲ ਪ੍ਰੋਗਰਾਮ ਦੇ ਵਿੱਚ ਟਾਈਮ ਬੜਾ ਰੈਸਟ੍ਰਿਕਟਿਡ ਹੈ ਤੇ ਮੈਂ ਸਾਰੀ ਪ੍ਰੋਵਿੰਸਸ ਬਾਰੇ ਨਹੀਂ ਗੱਲ ਕਰ ਪਾਵਾਂਗੀ, ਆਪਾਂ ਪ੍ਰਾਇਮਰਲੀ ਓਨਟੇਰੀਓ ਦੀ ਗੱਲ ਕਰਾਂਗੇ। ਹੁਣ ਓਨਟੇਰੀਓ ਨੇ ਕੀ ਕਰ ਦਿੱਤਾ ਹੈ ਕਿ ਜਿੱਦਾਂ ਇੰਗਲਿਸ਼ ਦੀ ਉਹਨਾਂ ਨੇ ਰਿਕੁਆਇਰਮੈਂਟ ਕਾਫੀ ਜਿਹੜੀ ਹੈ ਘਟਾ ਦਿੱਤੀ ਹੈ, ਰਾਈਟ? ਸੋ ਕਈ ਵਾਰੀ ਸਟੂਡੈਂਟਸ ਨੂੰ ਇਹ ਪਤਾ ਨਹੀਂ ਹੁੰਦਾ, ਕਾਫੀ ਲੋਕ ਇੰਗਲਿਸ਼ ਦੇ ਐਗਜ਼ਾਮ ਦੇ ਵਿੱਚ ਹੀ ਫਸੇ ਰਹਿੰਦੇ ਕਿ ਯਾਰ ਮਤਲਬ ਜੇ ਸਾਡੀ ਇੰਗਲਿਸ਼ ਨਹੀਂ ਹੋਈ ਤੇ ਅਸੀਂ ਅੱਗੇ ਨਰਸ ਨਹੀਂ ਬਣ ਸਕਦੇ, ਪਰ ਇਦਾਂ ਦਾ ਕੁਝ ਨਹੀਂ ਹੈ। ਹੁਣ ਉਹਨਾਂ ਨੇ ਕਾਫੀ ਚੇਂਜਸ ਲੈ ਕੇ ਆਏ ਹੈ ਕਿ ਜਿੱਦਾਂ ਮੰਨ ਲਓ ਤੁਸੀਂ ਆਲਰੇਡੀ ਐਜ਼ ਅ PSW ਜਾਂ ਐਜ਼ ਅ ਕੇਅਰ ਏਡ ਜੇ ਤੁਸੀਂ ਕੰਮ ਕਰ ਰਹੇ ਹੋ ਤੇ ਤੁਹਾਡਾ ਓਵਰਆਲ ਵਰਕ ਐਕਸਪੀਰੀਅੰਸ ਵੀ ਉਹ ਇੰਗਲਿਸ਼ ਪ੍ਰੋਫੀਸ਼ੀਐਂਸੀ ਦੇ ਵਿੱਚ ਕਾਊਂਟ ਕਰ ਲੈਂਦੇ ਆ ਤੇ ਤੁਹਾਨੂੰ ਹੁਣ ਇੰਗਲਿਸ਼ ਦਾ ਐਗਜ਼ਾਮ ਦੇਣ ਦੀ ਲੋੜ ਨਹੀਂ ਹੈ, ਵਿਚ ਇਜ਼ ਅਮੇਜ਼ਿੰਗ, ਹੈ ਨਾ, ਓਨਟੇਰੀਓ ਵਾਸਤੇ। ਸੋ ਜਿੱਦਾਂ ਇਸੇ ਤਰ੍ਹਾਂ ਜਦੋਂ NNAS ਦੀ ਪ੍ਰੋਸੈਸਿੰਗ ਕਰਦੇ ਆ, ਜੋ ਵਿਚ ਇਜ਼ ਅ ਵੈਰੀ ਫਰਸਟ ਸਟੈਪ, ਹੈ ਨਾ, ਉਸ ਪ੍ਰੋਸੈਸ ਦੇ ਵਿੱਚ ਵੀ ਹੁਣ NNAS ਨੇ ਬੜਾ ਸੌਖਾ ਕਰ ਦਿੱਤਾ ਕਿ ਤੁਹਾਨੂੰ ਖਾਸ ਕਰਕੇ ਓਨਟੇਰੀਓ ਐਂਡ ਬ੍ਰਿਟਿਸ਼ ਕੋਲੰਬੀਆ ਕਿ ਤੁਹਾਨੂੰ ਪਹਿਲਾਂ ਇੰਗਲਿਸ਼ ਦਾ ਪੇਪਰ ਸਬਮਿਟ ਕਰਨ ਦੀ ਲੋੜ ਨਹੀਂ ਹੈ, ਤੁਸੀਂ ਆਪਣਾ ਸਾਰਾ ਜਿਹੜਾ ਪੇਪਰ ਵਰਕ ਹੈ ਬਿਨਾਂ ਇੰਗਲਿਸ਼ ਦੇ ਵੀ ਕਰਾ ਸਕਦੇ ਹੋ। ਸੋ ਇਦਾਂ ਦੇ ਕਰਕੇ ਕਾਫੀ ਜਿਹੜੇ ਚੇਂਜਸ ਨੇ, ਗਵਰਨਮੈਂਟ ਗ੍ਰਾਂਟਸ ਦੇ ਰਹੀਆਂ ਨੇ ਨਰਸਿਸ ਨੂੰ ਓਨਟੇਰੀਓ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਿਟੈਂਸ਼ਨ ਬੋਨਸਸ ਚੱਲ ਰਹੇ ਨੇ, ਇੰਨੀ ਸ਼ਾਰਟੇਜ ਚੱਲ ਰਹੀ ਹੈ। ਸੋ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਸੌਖੀਆਂ ਹੋ ਰਹੀਆਂ ਨੇ, ਪਰ ਜੇ ਸਰੋਤਿਆਂ ਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਸਾਡੇ ਆਫਿਸ, ਉਹ ਕਾਲ ਕਰ ਸਕਦੇ ਨੇ, ਕਿਉਂਕਿ ਐਜ਼ ਅ ਸੈਡ ਕਿ ਹਰ ਜਿਹੜੀ ਅਪਡੇਟ ਹੈ ਨਾ ਉਹ ਆਪਣੇ ਆਪ ਦੇ ਵਿੱਚ ਇੱਕ ਇੰਟਰਵਿਊ ਹੋ ਸਕਦੀ ਹੈ। ਤਰਨ ਜੀ, NNAS ਦੇ ਬਾਰੇ ਤੁਸੀਂ ਦੱਸਿਆ ਕਿ ਇਹਦੇ ਲਈ ਇੰਗਲਿਸ਼ ਦਾ ਟੈਸਟ ਦੇਣਾ ਕੰਪਲਸਰੀ ਨਹੀਂ ਹੈ। ਸੋ ਹਾਂਜੀ ਕੋਈ ਅਗਰ ਇੰਡੀਆ 'ਚ ਤੁਹਾਨੂੰ ਸੁਣ ਰਿਹਾ ਜਾਂ ਓਨਟੈਰੀਓ ਤੋਂ ਬਾਹਰ ਸੁਣ ਰਿਹਾ, ਉਹਨਾਂ ਲਈ ਵੀ ਸੇਮ ਇਨਫੋਰਮੇਸ਼ਨ ਹੈ ਕਿ ਉਹਨਾਂ ਦੇ ਪ੍ਰੋਵਿੰਸ ਜਾਂ ਇੰਡੀਆ ਲਈ ਕੋਈ ਡਿਫਰੈਂਟ ਹੈ? ਨਹੀਂ, ਜੇ ਉਹ ਇੰਡੀਆ ਤੋਂ ਵੀ ਬੈਠ ਕੇ NNAS ਦੀ ਪ੍ਰੋਸੈਸਿੰਗ ਸ਼ੁਰੂ ਕਰ ਰਹੇ ਨੇ, ਔਰ ਇਹ ਤੁਹਾਡਾ ਬਹੁਤ ਅੱਛਾ ਸਵਾਲ ਹੈ, ਕਿਉਂਕਿ ਕਈ ਵਾਰੀ ਐਜ਼ ਅ ਸੈਡ ਕਿ ਲੋਕਾਂ ਨੂੰ ਇਦਾਂ ਲੱਗਦਾ ਕਿ ਜੇ ਮੈਂ ਕੈਨੇਡਾ ਆਉਂਗੀ ਤੇ ਤਦੀ ਮੈਂ ਪੇਪਰ ਵਰਕ ਸ਼ੁਰੂ ਕਰ ਸਕੂੰਗੀ। ਨਹੀਂ, ਤੁਸੀਂ ਕਿਤੇ ਵੀ ਬੈਠੇ ਹੋ, ਦੁਬਈ ਬੈਠੇ ਹੋ, ਸਾਊਦੀ ਅਰੇਬੀਆ ਬੈਠੇ ਹੋ, ਪਰ ਤੁਸੀਂ ਤੁਹਾਡਾ ਇਹ ਤੈਅ ਹੋ ਗਿਆ ਕਿ ਤੁਸੀਂ ਕੈਨੇਡਾ ਆਣਾ ਹੀ ਆਣਾ, ਸੋ ਤੁਸੀਂ ਨਰਸ ਹੋ ਤੇ ਤੁਹਾਨੂੰ NNAS ਦੀ ਪ੍ਰੋਸੈਸਿੰਗ ਤੁਸੀਂ ਜਿੱਥੇ ਕੰਟਰੀ 'ਚ ਬੈਠੇ ਹੋ ਉੱਥੇ ਹੀ ਤੁਸੀਂ ਸ਼ੁਰੂ ਕਰ ਸਕਦੇ ਹੋ। ਐਂਡ ਜੇ ਤੁਸੀਂ ਓਨਟੇਰੀਓ ਚੂਜ਼ ਕਰ ਰਹੇ ਹੋ ਤੇ ਤੁਹਾਨੂੰ ਇੰਗਲਿਸ਼ ਦੇਣ ਦੀ ਲੋੜ ਨਹੀਂ ਹੈ ਆਪਣਾ ਪੇਪਰ ਵਰਕ ਇਨੀਸ਼ੀਅਲੀ ਪ੍ਰੋਸੈਸ ਕਰਾਉਣ ਵਾਸਤੇ। ਤਰਨ ਜੀ, ਹੁਣ ਰਜਿਸਟਰਡ ਨਰਸ ਦੀ ਗੱਲ ਕਰ ਰਹੀ ਹੈ, RN ਦੀ, ਜਿਹੜਾ NCLEX ਹਾਂਜੀ ਐਗਜ਼ਾਮ ਹੁੰਦਾ ਰਜਿਸਟਰਡ ਨਰਸ ਦਾ, ਉਹਦੇ ਚ ਵੀ ਕੁਝ ਚੇਂਜਸ ਆ ਰਹੀਆਂ? ਅਗਰ ਆ ਰਹੀਆਂ ਤਾਂ ਕਿਹੜੀਆਂ ਚੇਂਜਸ ਆ? ਹਾਂਜੀ ਨਿਤਿਨ ਜੀ, ਬੜਾ ਇਸ ਚੀਜ਼ ਦਾ ਨਾ ਮੈਨੂੰ ਕਹਿਣਾ ਪੜੇਗਾ, ਬੜਾ ਹਊਆ ਬਣਾ ਲਿਆ ਸਾਰਿਆਂ ਨੇ। NCLEX ਦਾ ਐਗਜ਼ਾਮ ਚੇਂਜ ਹੋ ਰਿਹਾ 1 April 2023 ਤੋਂ, ਤੇ ਇਸ
ਸੋਸ਼ਲ ਮੀਡੀਆ ਤੇ ਲੋਕਾਂ ਨੇ ਘਬਰਾਹਟ ਪਾਤੀ ਹੋਈ ਹੈ ਰਾਈਟ ਕਿ ਔਖਾ ਹੋਣ ਵਾਲਾ ਔਖਾ ਹੋਣ ਵਾਲਾ ਸੋ ਮੈਂ ਸਾਰਿਆਂ ਨੂੰ ਕਹੂੰਗੀ ਦੇਖੋ ਜੇ ਤੁਹਾਡੇ ਕਨਸੈਪਟਸ ਕਲੀਅਰ ਨੇ ਨਰਸਿੰਗ ਕਨਸੈਪਟਸ ਉਹਨਾਂ ਨੇ ਕਿਹੜਾ ਆਪਾਂ ਤੋਂ ਪੁੱਛ ਲੈਣਾ ਕਿ ਮਾਰਸ ਦੇ ਵਿੱਚ ਤੁਸੀਂ ਰੋਬੋਟ ਕਿਦਾਂ ਬਣਾਉਣਾ ਰਹਿਣੀ ਉਹ ਬੇਸਿਕ ਨਰਸਿੰਗ ਹੀ ਹੈ ਪਰ ਜੇ ਤੁਹਾਡੇ ਕਨਸੈਪਟਸ ਕਲੀਅਰ ਨੇ ਤੇ ਤੁਸੀਂ ਇਹ ਐਗਜ਼ਾਮ ਆਸਾਨੀ ਨਾਲ ਪਾਸ ਕਰ ਸਕਦੇ ਹੋ ਸਿਰਫ 18 ਕੁਐਸਚਨ ਜੇ ਮੈਂ ਬਿਲਕੁਲ ਮੁੱਕ ਦੀ ਗੱਲ ਦੇ ਵਿੱਚ ਕਹਾਂ ਸਿਰਫ 18 ਕੁਐਸਚਨ ਚੇਂਜ ਹੋ ਰਹੇ ਨੇ ਉਹ ਵੀ ਕੇਸ ਸਟੱਡੀ ਫਾਰਮੈਟ ਦੇ ਵਿੱਚ ਐਂਡ ਇਸੇ ਚੱਕਰ ਦੇ ਵਿੱਚ ਅਸੀਂ ਸਟੂਡੈਂਟਸ ਲਈ ਸਪੈਸ਼ਲ YouTube ਦੀਆਂ ਚਾਰ ਵੀਡੀਓਜ਼ ਲਾਂਚ ਕੀਤੀਆਂ ਨੇ ਜਿਹੜੀ ਤੁਸੀਂ ਘਰੇ ਬੈਠ ਕੇ ਦੇਖ ਸਕਦੇ ਹੋ ਜਿਹਦੀ ਫੁੱਲੀ ਡੀਟੇਲ ਦੇ ਵਿੱਚ ਹੈ ਕਿੱਦਾਂ ਮਾਰਕਿੰਗ ਹੋਣੀ ਹੈ ਕੀ ਐਗਜ਼ਾਮ ਦੇ ਵਿੱਚ ਚੇਂਜਸ ਆ ਰਹੇ ਹੈ ਕਿਸ ਤਰ੍ਹਾਂ ਦੇ ਤੁਹਾਨੂੰ ਕੁਐਸਚਨ ਆਣੇ ਹੈ ਐਵਰੀਥਿੰਗ ਇਜ਼ ਐਕਸਪਲੇਨਡ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਹਰ ਸਟੂਡੈਂਟ ਜਿਹੜਾ ਹੈ ਉਹ ਘਬਰਾਏ ਨਾ ਐਂਡ ਦੇ ਕੈਨ ਪਾਸ ਦੇਅਰ ਐਗਜ਼ਾਮ ਤਰਨ ਜੀ, ਕਿ ਜਿਹੜਾ ਜਿਹੜਾ ਐਗਜ਼ਾਮ ਹੈ ਐਨਕਲੈਕਸ ਆਰਐਨ ਦਾ, ਆ ਡਾਇਰੈਕਟ ਵੀ ਕੋਈ ਦੇ ਸਕਦਾ ਕਿ ਇਸ ਤੋਂ ਪਹਿਲੇ ਵੀ ਕੋਈ ਐਗਜ਼ਾਮ ਦੇਣਾ ਪੈਂਦਾ? ਐਨਕਲੈਕਸ ਆਰਐਨ ਦੇ ਐਗਜ਼ਾਮ ਜਦੋਂ ਤੁਹਾਨੂੰ ਐਲੀਜੀਬਿਲਟੀ ਮਿਲ ਜਾਂਦੀ ਹੈ ਜਦੋਂ ਜਿੱਦਾਂ ਆਪਾਂ ਆਏ ਨੇ ਇਸ ਤੋਂ ਪੇਪਰ ਵਰਕ ਕਰਦੇ ਆ ਜਾਂ ਲੈਸ ਅਸੇ ਅੱਜ ਕੱਲ ਜਿਹੜੀ ਐਲੀਜੀਬਿਲਟੀ ਹੈ ਨਾ ਐਨਕਲੈਕਸ ਦੀ ਉਹ ਤੁਸੀਂ ਯੂਨਾਈਟਿਡ ਸਟੇਟਸ ਤੋਂ ਵੀ ਲੈ ਸਕਦੇ ਹੋ ਯੂਐਸਏ ਤੋਂ ਤੇ ਤੁਸੀਂ ਆਸਟ੍ਰੇਲੀਆ ਤੋਂ ਵੀ ਲੈ ਸਕਦੇ ਹੋ ਸੋ ਤੁਸੀਂ ਤਿੰਨੋਂ ਕੰਟਰੀਆਂ ਦੇ ਵਿੱਚੋਂ ਜਿੱਥੋਂ ਵੀ ਤੁਹਾਨੂੰ ਐਲੀਜੀਬਿਲਟੀ ਮਿਲਦੀ ਹੈ ਐਨਕਲੈਕਸ ਦਾ ਐਗਜ਼ਾਮ ਸੇਮ ਰਹਿੰਦਾ ਇਹ ਵੀ ਬਹੁਤ ਵੱਡੀ ਕਨਫਿਊਜ਼ਨ ਕਈ ਵਾਰੀ ਸਟੂਡੈਂਟਸ ਹੁੰਦੀ ਹੈ ਸਾਨੂੰ ਕਈ ਵਾਰੀ ਆ ਕੇ ਪੁੱਛਦੇ ਆ ਕਿ ਆਸਟ੍ਰੇਲੀਆ ਦਾ ਐਗਜ਼ਾਮ ਸੌਖਾ ਹੈ ਜਾਂ ਯੂਐਸਏ ਦਾ ਨਹੀਂ ਐਨਕਲੈਕਸ ਜਿਹੜਾ ਹੈ ਉਹ ਇੱਕੋ ਹੀ ਆਰਗੇਨਾਈਜੇਸ਼ਨ ਐਨਸੀਐਸਬੀਐਨ ਕਰਾਉਂਦੀ ਹੈ ਐਂਡ ਇਹ ਐਗਜ਼ਾਮ ਜਿਹੜਾ ਉਹ ਸੇਮ ਰਹਿੰਦਾ ਤਿੰਨੋਂ ਕੰਟਰੀਜ਼ ਵਾਸਤੇ ਤੇ ਕਿੰਨਾ ਔਖਾ ਐਗਜ਼ਾਮ ਪਾਸ ਕਰਨਾ ਫੇਰ, ਕਿਉਂਕਿ ਜਿੱਦਾਂ ਤੁਸੀਂ ਕਿਹਾ ਹਊਆ ਬਣਾ ਲਿਆ, ਤੇ ਕਾਫੀ ਲੋਕਾਂ ਦੇ ਇਹ ਸਵਾਲ ਹੈ ਕਿ ਕਿੰਨਾ ਟਫ ਹੈ ਜਿਹੜਾ ਐਨਕਲੈਕਸ ਆਰਐਨ ਦਾ ਐਗਜ਼ਾਮ ਪਾਸ ਕਰਨਾ, ਔਰ ਤੁਸੀਂ ਕਿੱਦਾਂ ਉਹਨੂੰ ਸੌਖਾ ਬਣਾਉਂਦੇ ਹੋ? ਹਾਂਜੀ ਬਿਲਕੁਲ ਜੋ ਐਫਬੀਐਨਪੀਸੀ ਦੀ ਖਾਸੀਅਤ ਹੈ ਨਾ ਉਹ ਇਹ ਹੈ ਕਿ ਜਿਹੜੇ ਨਰਸਿੰਗ ਕਨਸੈਪਟਸ ਨੂੰ ਸਿੰਪਲ ਕਰਕੇ ਡਿਲੀਵਰ ਕਰਨਾ ਸਭ ਤੋਂ ਵੱਡੀ ਗੱਲ ਹੈ ਦੂਜਾ ਇਹ ਹੈ ਕਿ ਵੀ ਬਿਲੀਵ ਇਨ ਫਨ ਲਰਨਿੰਗ ਹੈ ਨਾ ਸੋ ਅਸੀਂ ਦੋਨੋਂ ਚੀਜ਼ਾਂ ਦਾ ਜਿਹੜਾ ਸਾਡਾ ਕੰਬੀਨੇਸ਼ਨ ਹੈ ਦੈਟਸ ਵਾਈ ਜਿਹੜੇ ਸਾਡੇ ਵੀ ਆਰ ਵੈਰੀ ਪ੍ਰਾਊਡ ਟੂ ਸ਼ੇਅਰ ਕਿ ਵੀ ਹੈਵ ਹਾਈਐਸਟ ਪਾਸਿੰਗ ਰੇਟਸ ਉਹ ਵੀ ਇੰਟਰਨੈਸ਼ਨਲੀ ਐਜੂਕੇਟਿਡ ਨਰਸਿਸ ਦੇ ਨਾਲ ਇਨ ਕੈਨੇਡਾ ਕਿਉਂਕਿ ਕਈ ਵਾਰੀ ਲੋਕੀ ਕਹਿ ਦਿੰਦੇ ਨੇ ਕਿ ESL ਸਟੂਡੈਂਟਸ ਦਾ ਪੇਪਰ ਨਹੀਂ ਕਲੀਅਰ ਹੋ ਸਕਦਾ ਮਤਲਬ ਪੀਪਲ ਵਿਦ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਪਰ ਉਹ ਐਫਬੀਐਨਪੀਸੀ ਨੇ ਗੱਲ ਬਿਲਕੁਲ ਗਲਤ ਪ੍ਰੂਵ ਕਰ ਦਿੱਤੀ ਹੋਈ ਹੈ ਕਿ ਇਦਾਂ ਦਾ ਕੁਝ ਨਹੀਂ ਹੈ ਸਾਡੇ ਪਾਸਿੰਗ ਰੇਟਸ ਨੇ ਦੇ ਆਰ ਲਾਈਕ ਅਰਾਊਂਡ 95% ਰਾਈਟ ਵਿਚ ਇਜ਼ ਅਮੇਜ਼ਿੰਗ ਵਿਦ ਇੰਟਰਨੈਸ਼ਨਲ ਨਰਸਿਸ ਉਹਦਾ ਮੁੱਢਲੀ ਗੱਲ ਇਹ ਹੈ ਕਿ ਜੇ ਤੁਹਾਡੇ ਕਨਸੈਪਟਸ ਕਲੀਅਰ ਨੇ ਸੋ ਜਿਹੜੀ ਸਾਡੀ ਟੀਮ ਹੈ ਆਫ ਨਰਸਿੰਗ ਐਜੂਕੇਟਰਸ ਵੀ ਵਰਕ ਔਨ ਫਾਊਂਡੇਸ਼ਨ ਕਿ ਕਿੱਦਾਂ ਤੁਹਾਡੇ ਜੇ ਕਨਸੈਪਟਸ ਤੁਹਾਡੇ ਕਲੀਅਰ ਨੇ ਯੂ ਆਰ ਏਬਲ ਟੂ ਪਾਸ ਐਨੀ 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 ਐਗਜ਼ਾਮ ਅਪਾਰਟ ਫਰਮ ਦੈਟ ਜਿਹੜਾ ਸਾਡਾ ਸਟੱਡੀ ਮਟੀਰੀਅਲ ਹੈ ਆਨਲਾਈਨ ਕਲਾਸਿਸ ਨੇ ਦੇ ਆਰ ਟ੍ਰੈਮੈਂਡਸ ਐਂਡ ਦੇ ਆਰ ਡਿਜ਼ਾਈਨਡ ਬਾਈ ਕੈਨੇਡੀਅਨ ਪ੍ਰੋਫੈਸਰਸ ਐਦਾਂ ਨਹੀਂ ਹੈਗਾ ਕਿਉਂਕਿ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਸਟੂਡੈਂਟਸ ਬਹੁਤ ਸਾਰੇ ਮਿਸਗਾਈਡਡ ਹੁੰਦੇ ਨੇ ਉਹ ਸਾਨੂੰ ਫੋਨ ਕਰਦੇ ਨੇ ਰਾਈਟ ਯੂ ਨੋ ਫਰਮ ਅੰਟੇਰੀਓ ਬ੍ਰਿਟਿਸ਼ ਕੋਲੰਬੀਆ ਫਰਮ ਆਲ ਦੋਸ ਪ੍ਰੋਵਿੰਸਸ ਕਿ ਸਾਨੂੰ ਸਾਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲੀ ਹੈ ਸਾਡਾ ਪੇਪਰ ਕਲੀਅਰ ਨਹੀਂ ਹੋਇਆ ਉਹਦਾ ਇੱਕ ਰੀਜ਼ਨ ਇਹ ਵੀ ਹੈ ਕਾਫੀ ਲੋਕ ਜਿਹੜੇ ਨੇ ਇੰਸਟੀਟਿਊਸ਼ਨ ਜਿਹੜੇ ਚਲਾ ਰਹੇ ਨੇ ਉਹਨਾਂ ਨੂੰ ਕਈ ਵਾਰੀ ਆਪ ਐਕਸਪੀਰੀਅੰਸ ਨਹੀਂ ਹੈਗਾ ਉਹਨਾਂ ਨੇ ਆਪ ਵੀ ਕਦੀ ਕੈਨੇਡੀਅਨ ਹੈਲਥ ਕੇਅਰ ਸਿਸਟਮਸ ਦੇ ਵਿੱਚ ਕੰਮ ਨਹੀਂ ਕੀਤਾ ਹੋਇਆ ਸੋ ਉਹਦਾ ਇੰਪੈਕਟ ਜਿਹੜਾ ਹੈ ਉਹ ਸਟੂਡੈਂਟਸ ਦੇ ਰਿਜ਼ਲਟਸ ਤੇ ਦਿਖਾਈ ਦਿੰਦਾ ਰਾਈਟ ਸੋ ਜਿਹੜੇ ਸਾਡੇ ਟੀਚਰਸ ਨੇ ਦੇ ਆਰ ਆਲ ਵੈਰੀ ਵੈਲ ਐਕਸਪੀਰੀਅੰਸ ਐਂਡ ਮੈਂ ਕਹਿ ਸਕਦੀ ਹਾਂ ਕਿ ਯੂ ਆਰ ਇਨ ਅ ਸੇਫ ਹੈਂਡਸ ਵੈਨ ਯੂ ਆਰ ਵਿਦ ਐਫਬੀਐਨਪੀਸੀ ਸੋ ਤਰਨਜੀਤ, ਤੁਸੀਂ FBNPC ਦੇ ਥਰੂ, ਜਿਹਦਾ ਕਿ ਫਿਊਚਰ ਬਿਲਡਿੰਗ ਨਰਸਿੰਗ ਪ੍ਰੈਪ ਸੈਂਟਰ ਹੈ, ਤੁਸੀਂ ਨੈਸ਼ਨਲ, ਕੈਨੇਡੀਅਨ ਨੈਸ਼ਨਲ ਤੇ ਪੂਰੀ ਦੁਨੀਆ 'ਚੋਂ ਨਰਸਿਸ ਜਿਹੜੀਆਂ ਤੁਹਾਨੂੰ ਰੀਚ ਕਰ ਰਹੀਆਂ, ਉਹਨਾਂ ਨੂੰ ਹਾਂਜੀ ਤਿਆਰ ਕਰ ਰਹੇ ਹੋ, ਸੋ ਹਾਂਜੀ ਨੈਸ਼ਨਲ ਔਰ ਇੰਟਰਨੈਸ਼ਨਲ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਖਰੀ 'ਚ ਸਾਰੇ ਕੈਂਡੀਡੇਟਸ ਜਿਹੜੇ ਇਹਦੇ ਤੇ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ, ਉਹ ਤੁਹਾਨੂੰ ਕਿੱਦਾਂ ਰੀਚ ਕਰ ਸਕਦੇ, ਕਿਹੜੇ ਵੇ ਨਾਲ ਰੀਚ ਕਰ ਸਕਦੇ? ਮੈਂ ਕਹਿਣਾ ਚਾਹੂੰਗੀ ਕਿ ਜਿਹੜਾ ਨਰਸਿੰਗ ਹੈ ਇਟਸ ਅ ਬਿਊਟੀਫੁਲ ਪ੍ਰੋਫੈਸ਼ਨ ਮੈਂ ਤੁਹਾਨੂੰ ਇੱਕ ਕੁਇਕ ਐਗਜ਼ਾਮਪਲ ਦਊਂਗੀ ਸਾਡੇ ਕੋਲ ਜਿਹੜਾ ਹੁਣ ਰੀਸੈਂਟਲੀ ਇੱਕ ਸਟੂਡੈਂਟ ਨੇ ਐਗਜ਼ਾਮ ਪਾਸ ਕੀਤਾ ਉਹਨਾਂ ਦਾ 24 ਸਾਲ ਦਾ ਗੈਪ ਸੀਗਾ ਉਹ 1998 ਦੇ ਵਿੱਚ ਗ੍ਰੈਜੂਏਟ ਹੋਏ ਸੀਗੇ GNM ਡਿਪਲੋਮੇ ਤੋਂ ਸੋ ਮੈਂ ਕਹੂੰਗੀ ਕਿ ਜੇ ਉਹ ਸਟੂਡੈਂਟ 24 ਸਾਲ ਦੇ ਗੈਪ ਤੋਂ ਬਾਅਦ ਪੇਪਰ ਕਲੀਅਰ ਕਰ ਸਕਦਾ ਤਾਂ ਤੁਸੀਂ ਘਰੇ ਬੈਠ ਕੇ ਆਪ ਸੋਚੋ ਕਿ ਤੁਹਾਨੂੰ ਕੀ ਰੋਕ ਰਿਹਾ ਐਂਡ ਇਟਸ ਸੱਚ ਅ ਬਿਊਟੀਫੁਲ ਪ੍ਰੋਫੈਸ਼ਨ ਤੁਹਾਨੂੰ ਇਹਦੇ ਨਾਲ ਇਕਨੋਮਿਕ ਸਟੈਬਿਲਿਟੀ ਮਿਲਦੀ ਹੈ ਤੁਹਾਨੂੰ ਇੱਕ ਸੋਸ਼ਲ ਸਟੇਟਸ ਮਿਲਦਾ ਹੈ ਰਾਈਟ ਐਂਡ ਤੁਸੀਂ ਆਪਣੇ ਘਰ ਵਾਲਿਆਂ ਨੂੰ ਇੱਕ ਚੰਗੀ ਲਾਈਫ ਦੇ ਸਕਦੇ ਹੋ ਰਾਈਟ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ ਸੋ ਇਹਨੂੰ ਜ਼ਰੂਰ ਕੰਸੀਡਰ ਕਰੋ ਡੋਂਟ ਗਿਵ ਅਪ ਔਨ ਨਰਸਿੰਗ ਕੋਈ ਔਖਾ ਨਹੀਂ ਹੈਗਾ ਐਂਡ ਤੁਸੀਂ ਸਾਡੀ ਟੀਮ ਨੂੰ ਰੀਚ ਕਰ ਸਕਦੇ ਹੋ ਵੀ ਆਰ ਓਨਲੀ ਵਨ ਫੋਨ ਕਾਲ ਅਵੇ ਇਹ ਅਸੀਂ ਕਹਿੰਦੇ ਆ ਤੇ ਇੱਕ ਮੈਂ ਹੋਰ ਗੱਲ ਦੱਸਣਾ ਕਿ ਜਿਹੜੀ ਸਾਡੀ ਕਾਉਂਸਲਿੰਗ ਸਰਵਿਸਿਜ਼ ਨੇ ਦੇ ਆਰ ਫ੍ਰੀ ਆਫ ਕਾਸਟ ਤੁਹਾਨੂੰ ਕਦੀ ਵੀ ਫੋਨ ਕਰਕੇ ਤੁਹਾਨੂੰ ਇਹ ਨਹੀਂ ਕਿਹਾ ਜਾਏਗਾ ਕਿ ਪਹਿਲਾਂ ਤੁਸੀਂ ਸਾਨੂੰ $50 ਦਿਓ $100 ਦਿਓ $200 ਦਿਓ ਅਸੀਂ ਤਾਂ ਤੁਹਾਡੇ ਨਾਲ ਗੱਲ ਕਰਾਂਗੇ ਅੱਜ ਦੀ ਡੇਟ ਤੱਕ ਵੀ ਜਿਹੜੀਆਂ ਸਾਡੇ ਕਾਉਂਸਲਿੰਗ ਸਰਵਿਸਿਜ਼ ਨੇ ਸਲਾਹ ਦੇ ਕੋਈ ਪੈਸੇ ਨਹੀਂ ਹੈ ਸੋ ਦਿਸ ਇਜ਼ ਵਾਟ ਆਰ ਗੋਲ ਇਜ਼ ਵੀ ਵਾਂਟ ਟੂ ਪੁੱਟ ਐਵਰੀਬਡੀ ਔਨ ਰਾਈਟ ਟਰੈਕ ਸਾਨੂੰ ਇਹ ਕਿ ਹਰ ਕੋਈ ਸਿੱਧੇ ਰਸਤੇ ਪੈ ਜਾਏ ਤਾਂ ਕਿ ਸਾਨੂੰ ਤੁਹਾਡੀਆਂ ਵੀ ਦੁਆਵਾਂ ਲੱਗ ਸਕਣ ਤੇ ਸਾਨੂੰ ਰੱਬ ਦੀਆਂ ਵੀ ਦੁਆਵਾਂ ਲੱਗ ਸਕਣ ਰਾਈਟ ਐਂਡ ਆਫ ਕੋਰਸ ਕੈਨੇਡਾ ਨੀਡ ਨਰਸਿਸ ਠੀਕ ਹੈ, ਤੇ ਫੋਨ ਨੰਬਰ ਕਿਹੜਾ ਰੀਚ ਕਰ ਸਕਦੇ? ਫੋਨ ਨੰਬਰ ਸਾਡੇ ਦੋ ਨੇ 306 316 0
ਤੇ ਜੇ ਤੁਸੀਂ ਕੈਨੇਡਾ ਦੇ ਵਿੱਚ ਹੋ ਤੇ ਸਾਡਾ ਜਿਹੜਾ ਹੈਗਾ ਇੱਕ ਟੋਲ ਫ੍ਰੀ ਨੰਬਰ ਹੈ ਤਾਂ ਕਿ ਸਟੂਡੈਂਟਸ ਨੂੰ ਸਾਨੂੰ ਕਾਲ ਕਰਨ ਦੇ ਚਾਰजेस ਨਾ ਲੱਗਣ ਸੋ ਇਟਸ 1-888-383-2672 तरनजीत, थैंक यू सारी इंफॉर्मेशन ली। और थैंक यू कनाडा सर और ओंटेरियो ली मेडिकल लाइन बहुत इंपॉर्टेंट है, शॉर्टेज ऑफ मेडिकल स्टाफ है, तो बहुत अच्छा काम कर रहे हो। थैंक यू वेरी मच। थैंक यू सो मच फॉर गिविंग अस दिस अपॉर्चुनिटी थैंक यू सत थैंक यू, श्रीकाल सत श्री अकाल।